ਸ਼ਾਹਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦਿਆਂ ਪਿੰਡ ਕੁਹਾੜ ਕਲਾਂ ਵਿਖੇ ਗੁਰਮਤਿ ਵਿਦਿਆਲਿਆ ਦੇ ਨਾਂ ਤੇ ਚੱਲ ਰਹੇ ਇੱਕ ਜਾਅਲੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਇਸ ਮੌਕੇ ਤੇ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਅਤੇ ਸਹਾਇਕ ਨੂੰ ਗ੍ਰਿਫਤਾਰ ਕਰਕੇ ਇਸ ਜਗ੍ਹਾ ਤੋਂ ਬੰਦ ਕਰਕੇ ਰੱਖੇ ਗਏ 17 ਵਿਅਕਤੀਆਂ ਨੂੰ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜਲੰਧਰ ਦੇ ਮਾਣਯੋਗ SSP ਸਰਦਾਰ ਹਰਕਮਲਪ੍ਰੀਤ ਸਿੰਘ ਖੱਖ ਵੱਲੋਂ ਜ਼ਿਲ੍ਹੇ ਅੰਦਰ ਹਰ ਤਰ੍ਹਾਂ ਦੇ ਕ੍ਰਾਈਮ ਨੂੰ ਨਿਖੇਧ ਪਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਕੱਲ੍ਹ ਥਾਣਾ ਸ਼ਾਹਕੋਟ ਦੀ ਪੁਲਿਸ ਨੂੰ ਇੱਕ ਖੁਫੀਆ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਕੁਹਾੜ ਕਲਾਂ ਵਿਖੇ ਇੱਕ ਗਡਾਊਨ ਦੇ ਵਿੱਚ ਇੱਕ ਜਾਅਲੀ ਨਸ਼ਾ ਛੁਡਾਊ ਕੇਂਦਰ ਜਿਹੜਾ ਚਲਾਇਆ ਜਾ ਰਿਹਾ, ਜੋ ਕੱਲ੍ਹ ਉਹਨੂੰ ਇਸੇ ਇਨਫੋਰਮੇਸ਼ਨ ਆਉਣ 'ਤੇ ਮੁੱਖ ਅਫਸਰ ਥਾਣਾ ਸ਼ਾਹਕੋਟ ਸਿਵਲ ਹੋਸਪਿਟਲ ਤੋਂ ਡਾਕਟਰ ਦੀ ਟੀਮ ਅਤੇ BDO ਸ਼ਾਹਕੋਟ ਇਹ ਤਿੰਨੇ ਆਫਿਸਰ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ ਸ਼ਾਹਕੋਟ ਜਿਹੜਾ ਪਿੰਡ ਕੁਹਾੜ ਕਲਾਂ ਹੈ ਉਹਦੇ ਪਿੰਡ ਦੇ ਇੱਕ ਫਿਰਨੀ 'ਤੇ ਸੱਜੇ ਹੱਥ ਇੱਕ ਬਹੁਤ ਵੱਡਾ ਗਡਾਊਨ ਜੋ ਅਨਪੇਂਟ ਬਿਲਡਿੰਗ ਹੈਗੀ ਹੈ ਉਹਨੂੰ ਉਹ ਦੇਖਿਆ ਅਤੇ ਉਹਦੇ ਸ਼ਟਰ ਲੱਗੇ ਹੋਏ ਆ ਅਤੇ ਇੱਕ ਛੋਟਾ ਜਿਹਾ ਦਰਵਾਜ਼ਾ ਰੱਖਿਆ ਹੈ। ਉਸ ਬਿਲਡਿੰਗ ਦੇ ਅੰਦਰ ਅੱਗੇ ਇੱਕ ਬਹੁਤ ਵੱਡਾ ਹਾਲ ਹੈ। ਇਸ ਹਾਲ ਦੇ ਵਿੱਚ ਕੋਈ ਖਿੜਕੀ ਕੋਈ ਦਰਵਾਜ਼ਾ ਨਹੀਂ ਹੈ, ਸਿਰਫ ਛੋਟੇ ਐਗਜ਼ੌਸਟ ਫੈਨ ਲਾਏ ਗਏ ਆ। ਉਹਦੇ ਵਿੱਚ 17 ਬੰਦੇ ਜਿਹੜੇ ਉੱਥੇ ਜ਼ਮੀਨ 'ਤੇ ਦਰੀ ਵਿਛਾ ਕੇ ਅਤੇ ਉਹ ਲੰਮੇ ਪਾਏ ਹੋਏ ਸੀ। ਇਸ ਹੋਸਪਿਟਲ ਜਿਹੜਾ ਇਹਨਾਂ ਨੇ ਡਰੱਗ ਐਡੀਸ਼ਨ ਸੈਂਟਰ ਖੋਲ੍ਹਿਆ ਜਿਹੜਾ ਵਿੱਚ ਐਡਮਿਟ ਕਰਾਏ ਆ ਉਹ ਗੁਰਮਤਿ ਵਿੱਦਿਆ ਨਾਂ ਦਾ ਸੰਸਥਾ ਖੋਲ੍ਹ ਕੇ ਚਲਾਇਆ। ਜਦੋਂ ਕਿ ਇਹਨਾਂ ਕੋਲ ਇਸ ਨੂੰ ਐਜ਼ ਏ ਡਰੱਗ ਐਡੀਸ਼ਨ ਸੈਂਟਰ ਨਾਂ ਦੀ ਕੋਈ ਇਹਨਾਂ ਕੋਲ ਲਾਇਸੈਂਸ ਕੋਈ ਪਰਮਿਟ ਨਹੀਂ ਸੀ ਔਰ ਉੱਥੋਂ ਦੇ ਹਾਲਾਤ ਇਸ ਤਰ੍ਹਾਂ ਸੀਗੇ ਕਿ ਜਿਵੇਂ ਇਹਨਾਂ ਨੂੰ ਬੰਦੀ ਬਣਾਇਆ ਗਿਆ ਜਿਹੜਾ ਉਹਦਾ ਦਰਵਾਜ਼ਾ ਹੈ ਉਹਦੇ 'ਤੇ ਵੀ ਇਹਨਾਂ ਨੇ ਜਿਵੇਂ ਹਵਾਲਾ ਦੀ ਦਰਵਾਜ਼ਾ ਇਸ ਤਰ੍ਹਾਂ ਉਹਨੂੰ ਬੰਦ ਕਰਕੇ ਸੰਗਲੀਆਂ ਨਾਲ ਲੋਕ ਲਾ ਕੇ ਇਹ ਸਾਰੇ ਲੋਕ ਜਿਹੜੇ ਬੰਦੀ ਬਣਾ ਕੇ ਰੱਖੇ ਹੋਏ ਸੀਗੇ ਔਰ ਨਾ ਹੀ ਉੱਥੇ ਕਿਸੇ ਨੂੰ ਮਿਲਣ ਦੀ ਆਗਿਆ ਸੀਗੀ ਇਹਨਾਂ ਦੀ ਔਰ ਇਹਨਾਂ ਦੇ ਖਿਲਾਫ ਜਿਹੜਾ ਕੱਲ੍ਹ ਇੱਕ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ 130 ਨੰਬਰ ਅੰਡਰ ਸੈਕਸ਼ਨ 318 4 127 4 223 BNS ਥਾਣਾ ਸ਼ਾਹਕੋਟ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।